ਦਸਵੇਂ ਪਾਤਸ਼ਾਹ ਮਾਲਵੇ ਚ ਆਏ ਬੈ, ਇਹਨੂੰ ਮਾਲਵਾ ਕਹਿੰਦੇ ਆਪਣੇ ਇਲਾਕੇ। ਦਸਵੇਂ ਪਾਤਸ਼ਾਹ ਮਾਲਵੇ ਚ ਆਏ ਤੇ ਲਖਮੀਰ ਸਮੀਰ ਤਖਤ ਮਲ ਰਾਏ ਜੋਧ ਦੇ ਪੋਤਰੇ, ਰਾਏ ਜੋਧ ਕਾਂਗੜ ਪਿੰਡ ਚ ਰਹਿਣ ਵਾਲਾ ਸੀ ਤੇ ਛੇਵੇਂ ਪਾਤਸ਼ਾਹ ਦੀ ਮਹਾਰਾਜ ਦੇ ਜੰਗ ਚ ਸੇਵਾ ਕੀਤੀ ਰਾਏ ਜੋਧ ਨੇ, ਸਰਕਾਰੀ ਬੰਦਾ ਸੀ ਰਾਏ ਜੋਧ। ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਾਂਗੜ ਪਿੰਡ ਚਰਨ ਪਾਓ। ਮਹਾਰਾਜ ਨੇ ਰਾਏ ਜੋਧ ਦੇ ਘਰੇ ਕਾਂਗੜ ਪਿੰਡ ਚਰਨ ਪਾਏ ਤੇ ਉਹਨਾਂ ਨੇ ਸੇਵਾ ਕੀਤੀ ਤੇ ਰਾਏ ਜੋਧ ਦੇ ਘਰ ਵਾਲੀ ਬੇਨਤੀ ਕਰਦੀ ਆ ਬੀਬੀ, ਕਹਿੰਦੀ ਮਹਾਰਾਜ, ਕਹਿੰਦੇ ਹਾਂ ਮਾਂ, ਕਹਿੰਦੀ ਹੁਣ ਵੀ ਕਿਤੇ ਸੁਭਾਗਾ ਸਮਾਊ, ਫੇਰ ਵੀ ਕਿਤੇ ਦਰਸ਼ਨ ਦੇਵੋਗੇ ਸਾਡੇ ਘਰੇ, ਕਿਤੇ ਪਾਵੋਗੇ ਚਰਨ, ਜਿਵੇਂ ਕਿਸੇ ਸਮੇਂ ਸਾਲਸਰਾਏ ਜੌਹਰੀ ਨੇ ਗੁਰੂ ਨਾਨਕ ਨੂੰ ਕਿਹਾ ਸੀ। ਸਾਲਸਰਾਏ ਜੌਹਰੀ ਕੋਲੇ ਜਦੋਂ ਗੁਰੂ ਨਾਨਕ ਮਹਾਰਾਜ ਗਏ ਤੇ ਜਿਹਨੂੰ ਆਪਾਂ ਪਟਨਾ ਸਾਹਿਬ ਕਹਿੰਦੇ ਉਦੋਂ ਬਸੰਬਰਪੁਰ ਕਿਹਾ ਕਰਦੇ, ਬਸੰਬਰਪੁਰ ਗਏ ਗੁਰੂ ਨਾਨਕ ਸਾਲਸਰਾਏ ਜੌਹਰੀ ਦੇ ਕੋਲੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਤੁਰਨ ਲੱਗੇ ਕਹਿੰਦੇ ਮਹਾਰਾਜ ਹੁਣ ਵੀ ਮੇਰੀ ਹਵੇਲੀ ਚ ਚਰਨ ਪਾਵਾਂਗੇ, ਕਹਿੰਦੇ ਆਵਾਂਗੇ। ਕਹਿੰਦਾ ਮਹਾਰਾਜ ਕਦੋਂ, ਕਹਿੰਦੇ ਹੁਣ ਤੇਰੀ ਹਵੇਲੀ ਚ ਦਸਵੇਂ ਜਾਮੇ ਚ ਆਵਾਂਗੇ। ਆ ਪ੍ਰਕਾਸ਼ ਉਤਸ਼ਵ ਲੰਘਿਆ, ਦਸਵੇਂ ਪਾਤਸ਼ਾਹ ਦਾ ਥੋੜੇ ਦਿਨ ਹੋਏ, ਬਈ ਤੇਰੀ ਹਵੇਲੀ ਚ ਦਸਵੇਂ ਜਾਮੇ ਚ ਆਵਾਂਗੇ। ਫਿਰ ਤੇਈ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਦੇਖਾ ਭਵਨੇ ਹੋ। ਰਾਏ ਜੋਧ ਦੇ ਘਰ ਵਾਲੀ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ, ਜਦ ਤੁਰਨ ਲੱਗੇ ਨਾ ਤੇ ਮਹਾਰਾਜ ਨੇ ਕਬਰ ਕਸ਼ ਚੋਂ ਕਟਾਰ ਕੱਢੀ, ਆਪਦੀ ਨਿਸ਼ਾਨੀ ਦਿੱਤੀ ਛੇਵੇਂ ਪਾਤਸ਼ਾਹ ਨੇ ਰਾਏ ਜੋਧ ਨੂੰ। ਤੁਰਨ ਲੱਗੇ ਕਹਿੰਦੇ ਵੀ ਫੇਰ ਵੀ ਆਵਾਂਗੇ ਤੁਹਾਡੇ ਘਰ। ਕਹਿੰਦੇ ਬਾਬਾ ਜੀ ਕਦੋਂ ਆਵੋਗੇ, ਕਹਿੰਦੇ ਹੁਣ ਤੁਹਾਡੇ ਘਰ ਚ ਦਸਵੇਂ ਜਾਮੇ ਚ ਆਵਾਂਗੇ। ਹੁਣ ਬਜ਼ੁਰਗਾਂ ਦਾ ਕਿਹਾ ਜਵਾਕ ਚੇਤੇ ਰੱਖਦੇ ਆ ਵੀ ਆਪਣੇ ਬਜ਼ੁਰਗ ਆਏ ਕਹਿੰਦੇ ਹੁੰਦੇ ਸੀ, ਲਖਮੀਰ ਸਮੀਰ ਤਖਤ ਮਲ ਰਾਏ ਜੋਧ ਦੇ ਪੋਤਰੇ, ਉਹ ਕਹਿੰਦੇ ਉਹ ਆਪਣਾ ਬਾਬਾ ਕਹਿੰਦਾ ਹੁੰਦਾ ਸੀ ਵੀ ਕਹਿੰਦੇ ਸੀ ਵੀ ਅਸੀਂ ਨਾ ਦਸਵੇਂ ਜਾਮੇ ਚ ਆਵਾਂਗੇ। ਪਤਾ ਲੱਗਿਆ ਵੀ ਦਸਵੇਂ ਜਾਮੇ ਮਾਲ ਦਸਵੇਂ ਪਾਤਸ਼ਾਹ ਮਾਲਵੇ ਜੀ ਧਰਤੀ ਚ ਤਖਤ ਉਪਰਾ ਪਿੰਡ ਖਾਈ ਮੰਧੇ ਇਹ ਇਲਾਕੇ ਚ ਆਏ ਵੀ ਆ ਦਸਵੇਂ ਪਾਤਸ਼ਾਹ। ਜਦੋਂ ਪਤਾ ਲੱਗਿਆ ਸ਼ਮੀਰ ਹੁਣੀ ਸੰਗਤ ਨੂੰ ਲੈ ਕੇ ਜਾਂਦੇ ਆ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਆ, ਉਸ ਵੇਲੇ ਦਸਵੇਂ ਪਾਤਸ਼ਾਹ ਦੇ ਨਾਲ ਸਿਰਫ ਤਿੰਨ ਸਿੰਘ, ਇੱਕ ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਆਨੰਦਪੁਰ ਸਾਹਿਬ ਉੱਜੜ ਚੁੱਕਾ ਹੈ। ਛੇਤੇ ਸਤਪੋ ਦੀ ਰਾਤ ਨੂੰ ਦਸਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਛੱਡਿਆ।
ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਆ, ਛੋਟੇ ਸਾਹਿਬਜ਼ਾਦੇ ਸਰਹੰਦ ਦੀ ਖੂਨੀ ਦੀਵਾਰ ਦੇ ਵਿੱਚ ਚਿਣੇ ਗਏ ਆ। ਕਿਹੋ ਜਿਹਾ ਸੀਨ ਹੋਣਾ ਦਸਵੇਂ ਪਾਤਸ਼ਾਹ ਤੇ ਇਹਨਾਂ ਦਿਨਾਂ ਚ, ਮਾਲਵੇ ਦੀ ਧਰਤੀ ਚ ਦਸਵੇਂ ਪਾਤਸ਼ਾਹ ਆਏ ਹੋਏ ਆ, ਸ਼ਮੀਰ ਹੋਣੀ ਦਰਸ਼ਨ ਕਰਨ ਗਏ ਆ। ਜਦੋਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਜਿਸ ਮਿਲੀਏ ਮਨ ਹੋਏ ਆਨੰਦ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਗਦਗਦ ਹੋ ਜਾਂਦਾ। ਮਹਾਂਪੁਰਖ ਬਚਨ ਕਰਿਆ ਕਰਦੇ, ਸਿਆਣਾ ਦੇ ਸੰਤ ਕਹਿੰਦੇ ਜੇ ਬਈ ਜੇ ਗੁਰਮੁਖ ਦਾ ਨਾਮ ਜਪਿਆ ਹੋਵੇ ਉਹਦੇ ਨਾਲ ਭਾਗ ਮੱਥੇ ਤੋਂ ਪਤਾ ਲੱਗਦਾ ਵੀ ਇਹਦਾ ਨਾਮ ਜਪਿਆ ਪਿਆ, ਨਹੀਂ ਜਿੰਨੀਆਂ ਮਰਜ਼ੀ ਸੁਰਖੀਆਂ ਬਿੰਦੀਆਂ ਲਾਈ ਫਿਰ ਉਹ ਚ ਕੁਛ ਨੀ ਸੁਭਾ ਪਾਉਂਦਾ। ਜਿਹੜੇ ਬੰਦੇ ਕੋਲੇ ਨਾਮ ਦਾ ਗਹਿਣਾ, ਜਨ ਨਾਨਕ ਅੰਤ ਸਵਾਰ ਨਾਮ ਗਹਿਣਾ, ਤੇ ਉਹ ਸਾਧ ਸੰਗਤ ਛੰਨ ਚ ਬੈਠਾ ਵੀ ਭਾਗਾ ਮਾਣਦਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਉਹ ਭਮ ਦੀ ਛੰਨ ਵਿੱਚ ਬੈਠਾ ਸਾਰੀ ਦੁਨੀਆਂ ਦਾ ਰਾਜਾ ਜਿਹਦੇ ਹਿਰਦੇ ਚ ਰੱਬ ਦਾ ਨਾਮ। ਕਿਹੋ ਜਿਹਾ ਸੀਨ ਹੈ, ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੈ ਤੇ ਦਰਸ਼ਨ ਕਰਕੇ ਕਹਿੰਦੇ ਮਹਾਰਾਜ ਕਿਰਪਾ ਕਰੋ, ਸਾਡੇ ਤੇ ਵੀ ਮਿਹਰਾ ਕਰ ਦਿਓ। ਪੁੱਛਿਆ ਵੀ ਸਵੀਰ ਕੀ ਗੱਲ ਹੈ, ਤੇ ਸਵੀਰ ਹੱਥ ਬੰਨ ਕੇ ਕਹਿੰਦਾ ਮਹਾਰਾਜ ਜੀ ਸਾਡੇ ਨਗਰ ਨੂੰ ਭਾਗ ਲਾ ਕੇ ਜਾਓ, ਸਾਡੇ ਨਗਰ ਚ ਤੁਸੀਂ ਚਰਨ ਪਾਓ। ਮਹਾਰਾਜ ਕਹਿੰਦੇ ਸਮੀਰ, ਕਹਿੰਦਾ ਹਾਂ ਮਹਾਰਾਜ। ਕਹਿੰਦੇ ਨਗਰ ਚ ਚਰਨ ਪਵਾਉਣੇ ਆ, ਕਿਤੇ ਵਜੀਦੇ ਦਾ ਘੋਹਾ ਸੁਣਿਆ? ਘੋਹਾ ਕਹਿੰਦੇ ਜਿਹੜਾ ਸਰਕਾਰੀ ਹੁਕਮ ਹੁੰਦਾ, ਇੱਕ ਹੋਕਾ ਹੁੰਦਾ, ਹੋਕਾ ਚੌਕੀਦਾਰ ਦਿੰਦਾ, ਘੋਹਾ ਸਰਕਾਰੀ ਹੁਕਮ ਹੁੰਦਾ। ਸਮੀਰ ਪੁੱਛਦਾ ਬਾਬਾ ਜੀ ਘੋਹਾ ਕਿਹੜਾ? ਕਹਿੰਦੇ ਸਰਕਾਰ ਦਾ ਹੁਕਮ ਘੋਹਾ, ਢੋਲਚੀ ਛੱਤ ਸੱਤ ਚ ਖੜਿਆ ਕਰਦਾ, ਉਹਨੇ ਤਿੰਨ ਡੱਗੇ ਮਾਰਨੇ ਢੋਲ ਤੇ, ਉਹਨੇ ਕਹਿਣਾ ਉਹ ਸੁਣੋ ਸੁਣੋ, ਤੇ ਲੋਕਾਂ ਨੂੰ ਘਰਾਂ ਤੋਂ ਨਿਕਲ ਕੇ ਸੁਣਨਾ ਪੈਂਦਾ ਸੀ ਵੀ ਸਰਕਾਰ ਦਾ ਕੀ ਹੁਕਮ ਹੈ, ਇਹ ਨੀ ਵੀ ਕੋਈ ਘਰੇ ਬੈਠਾ ਰਹਿ ਜੇ। ਮਹਾਰਾਜ ਕਹਿੰਦੇ ਉਹ ਕਿਤੇ ਘੋਹਾ ਸੁਣਿਆ? ਕਹਿੰਦਾ ਬਾਬਾ ਜੀ ਘੋਹਾ ਕੀ ਕਹਿੰਦਾ? ਕਹਿੰਦੇ ਆ, ਕਹਿੰਦੇ ਸਰਕਾਰੀ ਹੁਕਮ ਹੈ, ਘੋਹੇ ਚ ਸੱਥਾਂ ਚ ਕਿਹਾ ਜਾ ਰਿਹਾ ਉਹ ਜਿਹੜਾ ਦਸਵੇਂ ਪਾਤਸ਼ਾਹ ਨੂੰ ਪਨਾਹ ਦਊ ਉਹਦਾ ਬੱਚਾ ਬੱਚਾ ਮਾਰ ਦਿਆਂਗੇ। ਇਹਦਾ ਵਰਤਬਲ ਹੈ, ਜਿਹੜਾ ਦਸਵੇਂ ਪਾਤਸ਼ਾਹ ਨੂੰ ਪਾਣੀ ਪੁੱਛੂ ਉਹਦਾ ਜਵਾਕ ਮਾਰ ਦਿਆਂਗੇ, ਇਹਨੂੰ ਕਹਿੰਦੇ ਘੋਹਾ। ਉਹ ਸਵੀਰ ਜਿਹੜਾ ਕਹਿੰਦੇ ਵੀ ਦਸਵੇਂ ਪਾਤਸ਼ਾਹ ਨੂੰ ਨਾ ਪਨਾਹ ਦਊ ਉਹਦਾ ਬੱਚਾ ਬੱਚਾ ਜਵਾਕ ਜੁਗ ਮਾਰ ਦਿਆਂਗੇ। ਜਿਵੇਂ ਮਹਾਰਾਜਾ ਆਲਮਗੀਰ ਬੈਠੇ, ਆਲਮਗੀਰ ਦਸਵੇਂ ਪਾਤਸ਼ਾਹ, ਤੇ ਭਾਈ ਮਣੀ ਸਿੰਘ ਦਾ ਭਰਾ ਡੰਗਲ ਲੱਗਿਆ, ਉਹ ਘੋੜਿਆਂ ਦਾ ਵਪਾਰੀ ਸੀ। ਜਦੋਂ ਭਾਈ ਮਣੀ ਸਿੰਘ ਦਾ ਭਰਾ ਡੰਗਲ ਲੱਗਿਆ ਤੇ ਉਹਦਾ ਲੜਕਾ ਨਾਲ ਆ, ਕਹਿੰਦਾ ਬਾਪੂ
ਐ ਲੱਗਦਾ ਜਿਵੇਂ ਦਸਵੇਂ ਪਾਤਸ਼ਾਹ ਬੈਠੇ ਹੁੰਦੇ ਆ। ਚਲੇ ਗਏ ਮੱਥਾ ਟੇਕਿਆ, ਮਹਾਰਾਜ ਪਲਗੇ ਤੇ ਉਸ ਵੇਲੇ ਮਹਾਰਾਜ ਦੇ ਨਾਲ ਤਿੰਨ ਸਿੰਘ, ਦੋ ਮੁਸਲਮਾਨ, ਗਣੀ ਖਾਂ ਤੇ ਨਬੀ ਖਾਂ, ਇਹ ਦੋ ਮੁਸਲਮਾਨ ਨਾਲ। ਮੱਥਾ ਟੇਕ ਕੇ ਕਹਿੰਦਾ ਬਾਬਾ ਜੀ ਕੀ ਗੱਲ, ਘੋੜੇ ਤੇ ਆ, ਵਾਹਿਗੁਰੂ ਪਲਗੇ ਤੇ ਆ। ਜਦੋਂ ਕਹਿਣਾ ਵੀ ਪਲਗੇ ਤੇ ਆ ਤੇ ਭਾਈ ਦਿਆਲ ਸਿੰਘ ਕਹਿੰਦਾ ਭਾਈ ਲੰਗਾਈਆ ਘੋੜਾ ਨੀ ਹੈ ਮਹਾਰਾਜ ਕੋਲ, ਪਿੱਛੇ ਕਨੇਚ ਪਿੰਡ ਦੇ ਫੱਤੇ ਨੰਬਰਦਾਰ ਤੋਂ ਘੋੜੀ ਮੰਗੀ, ਉਹਨੇ ਮੰਗ ਵੀ ਨੀ ਦਿੱਤੀ, ਨਾਲੇ ਘੋੜੀ ਮਰੀ ਸੱਪ ਲੜ ਕੇ, ਨਾਲੇ ਫੱਤਾ ਮਰਿਆ ਸੱਪ ਲੜ ਕੇ। ਮੇਰਾ ਕਹਿਣ ਦਾ ਮਤਲਬ ਹੈ ਜਦੋਂ ਕਹਿਣਾ ਵੀ ਘੋੜਾ ਨੀ ਤੇ ਕਹਿੰਦਾ ਮਹਾਰਾਜ ਮੇਰੇ ਕੋਲੇ ਘੋੜਾ ਕਮਾਇਆ ਤਾਂ ਤੁਹਾਡੇ ਚੜ੍ਹਨਾ ਨਾ। ਜਦੋਂ ਕਹਿਣਾ ਵੀ ਮੇਰੇ ਕੋਲੇ ਕਵੈਤ ਘੋੜਾ ਤੁਹਾਡੇ ਚੜ੍ਹਨ ਵਾਲਾ ਤੇ ਮਹਾਰਾਜ ਕਹਿੰਦੇ ਲੰਗਾਈਆ ਵਜੀਦੇ ਦਾ ਘੋਹਾ ਸੁਣਿਆ, ਉਹ ਕਹਿੰਦਾ ਵੀ ਜਿਹੜਾ ਦਸਵੇਂ ਪਾਤਸ਼ਾਹ ਨੂੰ ਪਨਾਹ ਦਊ ਉਹਦੇ ਜਵਾਕ ਮਾਰ ਦਿਆਂਗੇ। ਤੇ ਭਾਈ ਲੰਗਾਈਆ ਹੱਥ ਬੰਨ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਤੁਹਾਡੀ ਖਾਤਰ ਸਾਡਾ ਬੱਚਾ ਬੱਚਾ ਸ਼ਹੀਦ ਹੋ ਜਾਏ, ਕੋਈ ਏਦੋਂ ਵੀ ਭਾਗਾਂ ਵਾਲਾ ਹੋ। ਜਦੋਂ ਘੋੜਾ ਲਿਆ ਕੇ ਖੜਾ ਕੀਤਾ ਤੇ ਮਹਾਰਾਜ ਕਹਿੰਦੇ ਉਹ ਸਵੀਰ, ਕਹਿੰਦਾ ਹਾਂ ਮਹਾਰਾਜ, ਕਹਿੰਦੇ ਘੋਹਾ ਸੁਣਿਆ, ਕਹਿੰਦਾ ਹਾਂ ਮਹਾਰਾਜ ਸੁਣਿਆ, ਕਹਿੰਦਾ ਪਰ ਇੱਕ ਗੱਲ ਸੁਣ ਲੋ ਮਹਾਰਾਜ ਜੀ ਕਿਰਪਾ ਕਰੋ। ਕਿਉਂ? ਦਸਵੇਂ ਪਾਤਸ਼ਾਹ ਫਿਰ ਆਵਾਜ਼ ਮਾਰਦੇ ਆ, ਕਿਹਨੂੰ? ਬੇਟਾ ਗਣੀ ਖਾਂ, ਪੁੱਤਰ ਨਬੀ ਖਾਂ। ਕਿਉਂ ਪੁੱਤ ਕਹਿੰਦੇ ਆ ਦਸਵੇਂ ਪਾਤਸ਼ਾਹ? ਉਹ ਤਾਂ ਨਵਾਜਾ ਪੜ੍ਹਨ ਵਾਲੇ ਬੰਦੇ ਆ, ਸਾਧ ਸੰਗਤ ਉਹਨਾਂ ਨੂੰ ਤਾਨ ਪੁੱਤਰ ਕਹਿੰਦੇ ਆ। ਉਹਨਾਂ ਨੇ ਦਸਵੇਂ ਪਾਤਸ਼ਾਹ ਦੀ ਸੇਵਾ ਕਰਕੇ ਦਸਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ, ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਜਦੋਂ ਪੁੱਤ ਕਹਿ ਕੇ ਆਵਾਜ਼ ਮਾਰੀ ਗਣੀ, ਬੇਟਾ ਗਣੀ ਖਾਂ, ਪੁੱਤਰ ਨਬੀ ਖਾਂ, ਅੱਗੇ ਦੋਨੇ ਭਰਾ ਕਹਿੰਦੇ ਮੈਂ ਤੁਹਾਡੀ ਸੇਵਾ ਤੇ ਖੁਸ਼ ਹੋ ਗਿਆ। ਹੁਕਮਨਾਮਾ ਲਿਖਿਆ ਕਹਿੰਦੇ ਗਣੀ ਖਾਂ ਤੇ ਨਬੀ ਖਾਂ ਦੀ ਸੇਵਾ ਮੇਰੀ ਸੇਵਾ, ਇਹ ਮੇਰੇ ਫਰਜੰਦਾਂ ਤੋਂ ਪਿਆਰੇ ਆ, ਮਤਲਬ ਮੇਰੇ ਪੁੱਤਾਂ ਤੋਂ ਪਿਆਰੇ ਆ ਮੈਨੂੰ ਗਣੀ ਖਾਂ ਤੇ ਨਬੀ ਖਾਂ। ਦਸਵੇਂ ਪਾਤਸ਼ਾਹ ਨੇ ਹੁਕਮਨਾਮੇ ਚ ਲਿਖਿਆ, ਜਦੋਂ ਹੁਕਮਨਾਮਾ ਦਿੱਤਾ ਤੇ ਉਹਨਾਂ ਨੇ ਪਹਿਲਾਂ ਦਸਵੇਂ ਪਾਤਸ਼ਾਹ ਦਾ ਹੁਕਮਨਾਮਾ ਸਿਰ ਤੇ ਰੱਖਿਆ। ਸਿਰ ਤੇ ਰੱਖ ਕੇ ਪੁੱਛਦੇ ਆ ਮਹਾਰਾਜ ਜੀ ਅਸੀਂ ਤਾਂ ਤੁਹਾਡੀ ਖਾਤਰ ਜਾਨਾਂ ਦੇਣੀਆਂ ਸੀ, ਹੁਕਮ ਕਰੋ। ਕਹਿੰਦੇ ਵੀ ਤੁਸੀਂ ਨਾ ਹੁਣ ਆਪਦੇ ਨਗਰ ਮਾਛੂਵਾੜੇ ਨੂੰ ਚਲੇ ਜਾਓ, ਮੈਂ ਤੁਹਾਡੀ ਸੇਵਾ ਤੇ ਖੁਸ਼ ਹੋ ਗਿਆ। ਉਹ ਕਹਿੰਦੇ ਸਾਡਾ ਜਾਨ ਨੂੰ ਚਿੱਤ ਨਹੀਂ ਕਰਦਾ, ਪਰ ਉਹ ਵਿਚਾਰ ਚਲੇ ਗਏ। ਤੇ ਜਦੋਂ ਹੁਣ ਆਪਾਂ ਕਿਤੇ ਖਿਆਲ ਕਰੇ, ਪਰ ਇਹ ਤਾਂ ਆਪਾਂ ਨੂੰ ਤਾਂ ਖਿਆਲ ਨਹੀਂ,
ਜਦੋਂ ਆਪਾਂ ਚਰਨ ਕਮਲ ਸਾਹਿਬ ਗੁਰਦੁਆਰਾ ਮੱਥਾ ਟੇਕਦੇ ਹਾਂ, ਇਹ ਦੋਨਾਂ ਭਰਾਵਾਂ ਦੀਆਂ ਕਬਰਾਂ, ਗਨੀ ਖਾਂ ਦੀ ਕਬਰ ਹੈ, ਨਬੀ ਖਾਂ ਦੀ ਕਬਰ ਹੈ, ਇੱਕ ਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਹੈ, ਇੱਕ ਤੇ ਕਾਰ ਸਾਹਿਬ ਵਾਲਿਆਂ ਦੀ ਗੋਲਕ ਹੈ। ਤੇ ਉਹਨਾਂ ਦੀਆਂ ਕਬਰਾਂ ਤੋਂ ਇਉਂ ਅਹਿਸਾਸ ਹੁੰਦਾ ਵੀ ਆਹ ਬੰਦੇ ਮਰ ਕੇ ਵੀ ਦਸਵੇਂ ਪਾਤਸ਼ਾਹ ਨਾਲ ਪ੍ਰੀਤੀ ਨਿਭਾ ਰਹੇ ਹੈ। ਲੱਗੀਆਂ ਸੋਈ ਜਾਣਾ ਕੌਣ ਜਾਣਾ ਪੀਰ ਪਰਿਆ, ਕਹਿੰਦੇ ਇਹ ਉਹਨੂੰ ਪਤਾ ਜਿਹਦੀ ਗੁਰੂ ਨਾਲ ਜੁੜੀ ਵੇ ਆ, ਜਿਹੜੇ ਗੁਰੂ ਨਾਲ ਬਣੀ ਵੀ ਆ, ਜਿਹਨਾਂ ਦੀ ਕਿਹੋ ਜਿਹਾ ਸੀਨ ਹੈ। ਜਦੋਂ ਭਾਈ ਲੰਘਾਈਏ ਲੰਘਾਈਏ ਨੇ ਘੋੜਾ ਦਿੱਤਾ ਤੇ ਘੋੜਾ ਮੂਹਰੇ ਖੜ ਕੇ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਬਾਣੀ ਦੀ ਪੰਕਤੀ ਹੈ, ਜਾਗੋ ਹਰ ਰੰਗ ਲਾਗੋ ਇਸ ਯੁੱਗ ਮੈਂ, ਜਿਹਨਾਂ ਨੂੰ ਨਾਮ ਦਾ ਰੰਗ ਚੜਿਆ। ਤੇ ਘੋੜਾ ਦਿੱਤਾ ਫਿਰ ਫਲ ਕੀ ਮਿਲਿਆ, ਇਹ ਬਾਰਾਂ ਭਰਾ ਸੀ ਭਾਈ ਮਣੀ ਸਿੰਘ ਹੋਣੀ ਤੇ ਗਿਆਰਾਂ ਭਰਾ ਸ਼ਹੀਦ ਹੋਏ, ਦਸ ਪੁੱਤ ਸੀ ਸੱਤ ਪੁੱਤ ਸ਼ਹੀਦ ਹੋਏ, ਮਤਲਬ ਹੈ ਤਿੰਨਾਂ ਪੁਸਤਾਂ ਦੇ 29 ਮੈਂਬਰ ਸ਼ਹੀਦ ਹੋਏ ਇੱਕ ਪਰਿਵਾਰ ਦੇ। ਇਹ ਮੈਂ ਉਹਨਾਂ ਦੀ ਗੱਲ ਕੀਤੀ ਹੈ ਜਿਹਨਾਂ ਨੂੰ ਬਾਣੀ ਕਹਿੰਦੀ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਹੜੇ ਗੁਰੂ ਨਾਲ ਜੁੜੇ ਹੋਏ ਆ ਨਾ, ਜਿਹੜੇ ਗੁਰੂ ਨਾਲ ਰੰਗੇ ਹੋਏ ਆ, ਇਸੇ ਤਰ੍ਹਾਂ ਸਮੀਰ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਜੀ ਵਜੀਦੇ ਦੇ ਕੋਹਿਆਂ ਦੀ ਸਾਨੂੰ ਨੀ ਪਰਵਾਹ, ਅਸੀਂ ਤੁਹਾਡੇ ਉੱਤੋਂ ਦੀ ਨਾ ਜਾਨਾ ਮਾਰਾਂਗੇ, ਸੱਚੇ ਪਾਤਸ਼ਾਹ ਅਸੀਂ ਤੁਹਾਡੀ ਖਾਤਰ ਸਿਰ ਦੇ ਦਿਆਂਗੇ। ਜਦੋਂ ਬੇਨਤੀਆਂ ਕੀਤੀਆਂ ਤੇ ਮਹਾਰਾਜ ਦੀਨੇ ਨਗਰ ਚ ਜਾਂਦੇ ਆ ਦੇਸੂ ਤਰਖਾਣ ਦੇ ਚੁਬਾਰੇ ਚ, ਤੇ ਲਖਬੀਰ ਤੇ ਸਮੀਰ ਉਦੋਂ ਪੰਗਤੀਆਂ ਪੜ੍ਹਦੇ ਕਹਿੰਦੇ ਸੱਚੇ ਪਾਤਸ਼ਾਹ ਕਿਹੋ ਜਿਹਾ ਸੀਨ ਹੋਣਾ ਜਦੋਂ ਦਸਵੇਂ ਪਾਤਸ਼ਾਹ ਨੇ ਚਰਨ ਪਾਏ ਤੇ ਲਖਮੀਰ ਸਮੀਰ ਤਖਤ ਮਲ ਰਾਏ ਜੋਧ ਦੇ ਪੋਤਰੇ ਕਹਿੰਦੇ ਮਹਾਰਾਜ ਤੁਸੀਂ ਸਾਡਾ ਨਗਰੀ ਪਵਿੱਤਰ ਕਰਕੇ ਰੱਖਤਾ, ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਵੱਲ ਉਤਰ ਮਨ ਤੇ ਜਾਏ ਗੁਮਾਨ। ਇਸੇ ਤਰ੍ਹਾਂ ਆਪਾਂ ਨੂੰ ਵੀ ਸੁਭਾਗਾ ਸਮਾਂ ਪ੍ਰਾਪਤ ਹੋਇਆ।